ਜੁਲਮ ਦਾ ਤੇ ਜ਼ਾਲਮਾਂ ਦਾ ਨਾਸ ਕਰਨ ਵਾਸਤੇ ਜੋ ਇਸ ਤਰ੍ਹਾਂ ਪਹੁੰਚੇ ਹਨ ਉਹ ਸਤਿਗੁਰੂ ਗਰੀਬ ਨਿਵਾਸ ਆਪਣੀ ਰਚਨਾ ਤੋਂ ਆਪਣੇ ਪਵਿੱਤਰ ਮੁਖਾਰ ਦੇ ਵਿੱਚੋਂ ਆਪ ਦੱਸ ਰਹੇ ਹਨ। ਜਿਹੜਾ ਭਾਈ ਇਸ ਬਾਣੀ ਤੇ ਸ਼ੱਕ ਕਰਦਾ ਜਾਂ ਸਤਿਗੁਰੂ ਜੀ ਦੀ ਕੀਤੀ ਹੋਈ ਨਿਰਚਾ ਨਹੀਂ ਕਰਦਾ ਉਸ ਨੂੰ ਨਾਸਤਿਕ ਤੇ ਬੇਮੁਖ ਸਮਝ ਲਵੋ, ਆਪਣੀ ਬੇਮੁਖਤਾ ਪ੍ਰਗਟ ਕਰੇਗਾ, ਹੋਰ ਜੀਵਨ ਕੁਝ ਵਿਗਾੜ ਨਹੀਂ ਸਕੇਗਾ। ਤੇ ਸਤਿਗੁਰੂ ਗਰੀਬ ਨਿਵਾਸ ਜੀ ਜਿਸ ਤਰ੍ਹਾਂ ਨਾਸ ਕੋਟਲੀ ਤੋਂ ਅੱਜ ਦੇ ਦਿਨ ਆਏ ਹਨ 1700 ਤੇ ਸਪਤਮੀ ਐਤਵਾਰ ਦਿਨ ਦੀ ਤ੍ਰਿਪਤਾ ਖਾਜ ਨਛੱਤਰ ਦੀ 1 ਜਨਵਰੀ ਤੇ 1665 ਈਸਵੀ ਤੇ ਸੰਗਰਾਂਦੀ 16 ਦਿਨ ਜਿਸ ਦਿਨ ਸਤਿਗੁਰੂ ਗਰੀਬ ਨਿਵਾਸ ਜੀ ਨੇ ਆਪਣਾ ਪਵਿੱਤਰ ਅਵਤਾਰ ਤੇ ਨਾਮ ਸਰੂਪ ਇੱਕ ਪਟਨਾ ਸਾਹਿਬ ਵਿੱਚ ਪ੍ਰਗਟ ਕੀਤਾ ਹੈ।